Thank you.
ਸਾਹਿਬ ਕਰਕੇ ਅੰਮ੍ਰਿਤਸਰ ਵਿਖੇ ਆਸਰਮ ਕਮਾਏ ਸਰਦਾਰ ਜਸਵਿੰਦਰ ਸਿੰਘ ਜੀ ਪਿਤਾ ਜੀ ਜਿਤਨੇ ਆਪ ਜੀ ਨੇ ਉਹਨਾਂ ਨੂੰ ਜੀਵਨ ਯਾਤਰਾ ਬਖਸ਼ਿਸ਼ ਕੀਤੀ ਆਪ ਜੀ ਦੇ ਪਾਣੀ ਚ ਹੁਕਮ ਅਨੁਸਾਰ ਉਸ ਯਾਤਰਾ ਨੂੰ ਅੰਕਿਤ ਕਰਕੇ ਇਸ ਸੰਸਾਰ ਤੋਂ ਮਾਤ ਤੋਂ ਕੁਝ ਕਰ ਗਏ ਹਨ ਪਿਤਾ ਜੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਤੇ ਉਹਨਾਂ ਦੇ ਜੀਵਨ ਯਾਤਰਾ ਕੋਈ ਕਿਆ ਕਰੇ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰਾ ਮਨ ਧਿਆਏ ਹਰ ਜਨ ਜਨ ਕੇ ਸਭ ਦੁੱਖ ਨਿਵਾਰਨ ਜਗਤ ਮੈਂ ਚੂਠੀ ਦੇ
Thank you.
Thank you.
Oh,
Pura.
ਆਈ ਮੰਗਲ ਮੁਸ਼ਕਲ ਜੀ ਆਪਣੇ ਸੰਸਾਰ ਦਾ ਸਮਾਂ ਕਰਦੇ ਹੋਏ ਜੀ ਤੁਹਾਡਾ ਵਾਹਨ ਆਦਿ ਸੰਸਾਰ ਦਾ ਆਜ ਦਾ ਦਾ ਮੁਕਤੀ ਦਾ ਸਾਡੇ ਕਰਨਾ ਜੀ ਜੀ ਉਹ ਜਿਹੜਾ ਅਸੀਂ ਪੜੀਆਂ ਜੀ ਉਹ ਵੀ ਸਹਿਬ ਜੋ ਵੀ ਘਰ ਦਾ ਵੀ ਲੋਕ ਹੋਣ ਦਾ ਸੱਜੜੇ ਦੇ ਤਪਵਨ ਸੱਜਣ ਹਾਰਾ ਸਮਰੀ ਹੈ ਨਾਲ ਜਿਹੜੇ ਦੀ ਮੁਕਤੀਆ ਵਰਤ ਉੱਥੇ ਗੁਲਾਮ ਦਾ ਸਭ ਸੰਤਾਨ ਦਾ ਸੁਰੱਖਿਆ ਕਰਨ ਸ਼੍ਰੀ ਆਤਮਾ ਜਨਮ ਚਲਾ ਸਿੰਘ ਪਾਸੇ ਚਾਹੇ ਕੋਈ ਵੀ ਕਰੋੜੇ ਸੰਤ ਖੇਤੀ ਕਰੋੜ ਮੇਰਾ ਹਰ ਕੀ ਵਾਰ ਬਖਸ਼ ਬੰਦੇ ਨੂੰ ਮੌਰ ਨਾ ਭੋਜਨ ਦੇ ਸੰਤ ਦੀ ਜਨਮ ਪ੍ਰਯਾਸ ਕਰਨਾ ਆਪਣੇ ਚਰਨਾਂ ਦਾ ਦੁਆ ਖੁਸ਼ ਕਰਨਾ ਉਸੇ ਦੁਆ ਸੰਤ ਨੂੰ ਪਾਣ ਨੂੰ ਨੰਬਰ ਖੁਸ਼ ਕਰਨਾ ਜੀ ਔਰ ਸਮਾਪਤ ਸਾਰੇ ਸੰਤੇ ਮਿਲ ਕਰਕੇ ਪੁੱਤਰ ਬੜੇ ਨਾਮ ਦੇ ਪਾਠ ਕਰੀਏ ਜੀ ਬੜਾ ਸਰਕਾਰ ਜੀ ਬੜਾ ਸਰਕਾਰ ਸੰਤ ਸਿੰਘ ਜੀ ਰਾਮ ਕਰੀ ਮਹੱਲਾ ਮਤ ਪਸਦਾ ਰੱਖਾ ਵਾਹਿਗੁਰੂ ਕਿਆ ਕਾਲ ਪੁਰਖ
ਤੇ ਆਪਣੇ ਪੰਥ ਦੇ ਸਦਾ ਸਹਾਇਤਾ ਕਰਕੇ ਸ੍ਰੀ ਨਾਨਕਾ ਨਾ ਸਹਾਇਕ ਹੋ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਸੋੜਿਆ ਗਿਆ ਹੈ ਕੁਲ ਦਰਸ਼ਨ ਦੀ ਲਾਲ ਤੇ ਸੇਵਾ ਸੰਭਾਲ ਦਾ ਲਾਲ ਖਾਲਸਾ ਜੀ ਨੂੰ ਬਖਸ਼ੋ ਇਨ ਬਾਣੀਆਂ ਦੇ ਬਾਣ ਤਾਣਿਆਂ ਦੇ ਤਾਣ ਪਤਤ ਪਾਵਨ ਕਿਰਪਾ ਨਦਾਨ ਵਾਹਿਗੁਰੂ ਜੀ ਤਾਹੇ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਜੋ ਆਇਆ ਬ੍ਰਿਤਮਾਨ ਆਪ ਜੀ ਦੇ ਚਰਨ ਚੋ ਤਰਤੇ ਅੰਮ੍ਰਿਤਸਰ ਉੱਤੇ ਨਵਾਸ ਰਖਵਾਏ ਸਦਾ ਜਸਵਿੰਦਰ ਸਿੰਘ ਜੀ ਪਿਤਾ ਜੀ ਜਿਤਨੇ ਆਪ ਜੀ ਨੇ ਉਹਨਾਂ ਨੂੰ ਜੀਵਨ ਯਾਤਰਾ ਬਖਸ਼ਿਸ਼ ਕੀਤੀ ਆਪ ਜੀ ਦੇ ਬਾਣੇ ਦੇ ਹੁਕਮ ਅਨੁਸਾਰ ਉਸ ਯਾਤਰਾ ਨੂੰ ਅੰਕਿਤ ਕਰਕੇ ਇਸ ਸੰਸਾਰ ਤੋਂ ਮਾਤਮੁਖ ਤੋਂ ਕੁੱਝ ਕਰ ਗਏ ਹਨ ਪਿਤਾ ਜੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਤੇ ਉਹਨਾਂ ਦੇ ਜੀਵਨ ਯਾਤਰਾ ਦੌਰਾਨ ਜਾਣੇ ਜਾਣੇ ਹੋਈਆਂ ਭੁੱਲਾਂ ਦੀ ਮਾਫੀ ਵਾਸਤੇ ਉਹਨਾਂ ਦੇ ਤਰਸ ਪਤਨੀ ਸਰਦਾਰ ਜੀ ਅਮਰਜੀਤ ਕੌਰ ਜੀ ਕੰਤਾ ਉਹਨਾਂ ਦੇ ਪਰਦਾਰ ਬੇਟਾ ਜਗਤ ਮਹੇਸ਼ ਸਿੰਘ ਜੀ ਜੋਤ ਸਿੰਘ ਜੀ ਅਤੇ ਬੇਟੀ ਸਿਮਰਨ ਤਥਾ ਉਹਨਾਂ ਦਾ ਸਾਰਾ ਪਰਿਵਾਰ ਰਿਸ਼ਤੇਦਾਰ ਸੱਜਣ ਮਿੱਤਰਾਂ ਵੱਲੋਂ ਮਿਲ ਕਰਕੇ ਆਪ ਜੀ ਦਾ ਉਹ ਆਸਰਾ ਲੈ ਕੇ ਆਪਣੇ ਲੈ ਕੇ ਰੱਬੀ ਬਾਣੀ ਦੇ ਸ੍ਰੀ ਅਨੰਦਪੁਰ ਸਾਹਿਬ ਜੀ ਪ੍ਰਾਰੰਭ ਕਰਕੇ ਭੋਗ ਪਾਏ ਉਪਰੰਤ ਮੇਰੀ ਸ੍ਰੀ ਦੇ ਮਾਤ ਸਤਿਗੁਰ ਸਾਹਿਬ ਮਹਾਰਾਜ ਜੀ ਆਪ ਜੀ ਦੇ ਪਵਿੱਤਰ ਸਥਾਨ ਤੇ ਦੀਵਾਨ ਸਜਾਏ ਗਏ ਹਨ ਸਜੇ ਦੀਵਾਨ ਉੱਤੇ ਰੱਬੀ ਬਾਣੀ ਦਾ ਕੀਰਤਨ ਹੋ ਰਿਹਾ ਹੈ ਜੋ ਪਾਤਸ਼ਾਹ ਆਪ ਜੀ ਦੇ ਪ੍ਰਮਾਨ ਆਨੰਦ ਤੇ ਸਤਿਗੁਰ ਬੋਲਿਆ ਕਿਸੇ ਕੀਰਤਨ ਕਰਿਓ ਨਿਰਵਾਣ ਦਿਓ ਕਿਸ ਨੂੰ ਗੁਰਬਾਨ ਮੰਤਰ ਸਤਿਓ ਹਰ ਹਰ ਕਥਾ ਪੜੇ ਪ੍ਰਾਣ ਦਿਓ ਐਸਿਆਂ ਮਹਾਂਪੁਰਖਾਂ ਨੂੰ ਪ੍ਰਕਿਰਿਆ ਹੋਇਆ ਸਿੱਖ ਪਰਿਵਾਰ ਵੱਲੋਂ ਦੀਵਾਨ ਸਜਾਏ ਸਜਾਏ ਦੌਰਾਨ ਵਿਖੇ ਰਾਤੀ ਬਾਣੀ ਦਾ ਕੀਰਤਨ ਹੋਇਆ ਹੈ ਪਿਤਾ ਦੇ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਗੁਰਬਾਣੀ ਦਾ ਪਾਪ ਫਲਾ ਦੇ ਵਿਛੜੀ ਹੋਈ ਆਤਮਾ ਨੂੰ ਬਖਸ਼ਿਸ਼ ਕਰਨਾ ਵਿਛੜੀ ਹੋਈ ਆਤਮਾ ਨੂੰ ਸਦੀ ਕਾਲ ਆਪਣੇ ਭਾਈਆਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਸਰਦਾਰਨੀ ਅਮਰਜੀਤ ਕੌਰ ਜੀ ਦੇ ਸਿਰ ਤੇ ਨੀਰ ਪ੍ਰਿਆਤ ਕਰਨਾ ਉਹਨਾਂ ਨੂੰ ਦੇ ਰੂਪ ਦਾ ਤੰਦਰੁਸਤੀ ਜੋਤ ਸਿੰਘ ਜੀ ਅਤੇ ਬੱਚੇ ਸਿਮਰ ਨੂੰ ਆਪਣੇ ਮਾਤਾ ਜੀ ਦੇ ਆਗਿਆ ਕਰਤਾ ਵਾਲਾ ਇਸ ਸਮਾਗਮ ਵਿਖੇ ਤੇਰੇ ਦਰਬਾਰ ਦੀ ਮਨ ਕਰਕੇ ਤਨ ਕਰਕੇ ਧਨ ਕਰਕੇ ਹਾਜ਼ਰੀ ਭਰ ਰਹੇ ਹਨ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨੀ ਸਾਰਿਆਂ ਦੇ ਪਰਿਵਾਰੇ ਸੁੱਖ ਸ਼ਾਂਤੀ ਤੇ ਨਾਮ ਦੀ ਦਾਤ ਬਖਸ਼ਿਸ਼ ਕਰਕੇ ਪ੍ਰਕਾਸ਼ ਕਰਨਾ ਇਹ ਜੋ ਪਾਣਾ ਵਰਤਿਆ ਹੈ ਸਮੁੱਚੇ ਪਰਿਵਾਰ ਨੂੰ ਸਮੂਹ ਸੰਗਤਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਗਰੀਬਨਵਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਦੇ ਅਰਦਾਸ ਪ੍ਰਾਣ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਾਪਤ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਜਿਤਿਆ ਵੇ ਨਾਨਕ ਨਾਮ ਚੜ੍ਹਦੇ ਗਾ ਤੇ ਬਾਣੀ ਸਰਬ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਰੰਗਿਆ ਰਹਿਆ ਮਾਤਮੀ ਸਭੇ ਚਲਾਇਓ ਪੰਥ ਸਤ ਘਰ ਕਾ ਹੁਕਮ ਹੈ ਗੁਰੂ ਮਾਤਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਤਿਓ ਪ੍ਰਗਟ ਗੁਰਾਮ ਜੀ ਜੋ ਪ੍ਰਭ ਕੋ ਮਿਲ ਰੋਜ ਹੈ ਤੋ ਜੀ ਸਬਦ ਮੈਂ ਨਿਰਾਜ ਕਰੇਗਾ ਖਾਲਸਾ ਸ੍ਰੀ
निरंतर हर हर दया जन को तुर लिखिया लिख तन की बखेले कोई क्या करे जिनका अंग करे मेरा हर करतारा जने अंतर हर हर दया जन को तुर लिखिया लिख तन की बखेले कोई क्या करे जनता अंग करे मेरा हर करतारा हर हर ध्याए मन मेरा मन ध्याए हर जन जन के सब दुख निवारण तुर भगत जना का बख्शिया हरे अमृत भगत पंडारा मूर्ख होवर सोहन पीढ़ी सर इस हलत पलत तो काना से भगत से नाम हर नाम प्यारा तनकी सेवा ते हर पाइया सिर निकल कर पावे छाड़ा जिस कर दिलते सोई जाना जब तक नानक पूछ करो विचारा चौकीड़ी आद जुगाद बखेले तेरे न पायो हर से लोग पाए जिस तारा जिस कर ते सोई जाना जब तक नानक खोश करो बिचारा चौकीड़ी आद जुगाद बखेले तेरे हर से रुक पाए इस तारा गुरु साहब जी कर गए हैं मैं बहुत समा नाफ समय पर बैठे हो मौत बहुत ही है गरीब है अमीर है छोटा है बड़ा है पच में जिस तक लाते सोई गाने कौन गाने पीर पढ़ाई की पर मान करना एक बहुत बड़ी सेवा है और सेवा खटना ये सब तो बड़ा मान कर्म है आप सारी संगत इस गल का प्रतीक है कि सरदार जसविंदर सिंह जी अपने जीवन चंगा व्यतीत कर चुके सन ठीक है उन्होंने बीमारी लगे रोग लगा ये रोग जो लगता है ये भी कम से कम साल तो एक तो दुनिया को जान वाला बाकी जो सारे तकलीफ कर सकता पर जो जो तेरा हुक्म होना क्यों करता है आप सारी संगत शहर के पतवंत सज्जन मित्र और बहुत प्यार वाले सारे शख्सियत अज उन्होंने प्यार अरदास शामिल हो गए हो परिवार के दुख में शरीक हो गए हो एक सब तो वड्डी अपने चरणों में निवास देन पिछले सारे परिवार को सतगुरु बच्चों के सिर से दिल प्रयाग करके इस तरह उन्होंने समाज में चल के अपना नाम ना बचिया है बच्चे भी उन्होंने पाए हुए कोनिया को चल के उन्होंने नाम रोशन कर सकन उतनी बच्चन प्रणाम करना भुला के धन्यवाद जी ਵਾਹਿਗੁਰੂ ਵਾਹਿਗੁਰੂ ਬੋਲੇ ਸੋਨਹਾਰ ਸਤ
ਸੋ ਸਾਰੀਆਂ ਸੰਤਾਂ ਨੂੰ ਦੇਖ ਕੇ